ਜੇ ਸਾਡਾ ਐਕਸੀਡੈਂਟ ਹੋ ਗਿਆ, ਮੰਨਣਯੋਗ ਨਹੀਂ ਹੈਗਾ ਤੁਹਾਡਾ ਐਕਸੀਡੈਂਟ ਹੋ ਗਿਆ, ਤੁਸੀਂ ਮੈਡੀਕਲ ਪਹਿਲਾਂ ਭੇਜ ਦਿਓ। ਜੇ ਸਾਡਾ ਕੋਈ ਮਰ ਗਿਆ ਤਾਂ ਵੀ ਸਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਸਕੂਲ ਕਿਉਂ ਨਹੀਂ ਆਏ, ਸਕੂਲ ਆ ਕੇ ਜਾਓ। ਉੱਥੋਂ ਚਾਰ ਪੰਜ ਬੰਦੇ ਕਹਿੰਦੇ ਮੇਰੇ ਤਾਂ ਟਾਰਗੇਟ 'ਚ ਨਹੀਂ, ਮੈਂ ਚਾਰ ਪੰਜ ਬੰਦੇ ਚਾਰਜਸ਼ੀਟ ਕਰਨੇ ਨੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਜੋ ਇਹ ਮਹਿਲਾ ਦੇਖ ਰਹੇ ਹੋ, ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਇੱਕ ਅਧਿਆਪਕ ਨੇ ਜਿਨ੍ਹਾਂ ਦੀ ਇੱਕ ਲੱਤ ਵੀ ਟੁੱਟੀ ਹੋਈ ਹੈ, ਜੋ ਕਿ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ। ਇਸ ਮਹਿਲਾ ਦਾ ਮੰਨਣਾ ਹੈ ਕਿ ਸਕੂਲ ਪ੍ਰਸ਼ਾਸਨ ਉਹਨਾਂ ਨਾਲ ਬਹੁਤ ਧੱਕਾ ਕਰ ਰਿਹਾ, ਕਿਉਂਕਿ ਸਕੂਲ ਦਾ ਪ੍ਰਿੰਸੀਪਲ ਉਹਨਾਂ ਨੂੰ ਅਜਿਹੀ ਹਾਲਤ ਦੇ ਵਿੱਚ ਸਕੂਲ ਬੁਲਾ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਜੇਕਰ ਉਹ ਸਕੂਲ ਦੇ ਵਿੱਚ ਨਾ ਆਏ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਆਓ ਇਸ ਮਹਿਲਾ ਅਧਿਆਪਕ ਤੋਂ ਵੀ ਜਾਣਦੇ ਹਾਂ ਕਿ ਆਖਿਰਕਾਰ ਇਹ ਪੂਰਾ ਮਾਮਲਾ ਕੀ ਹੈ। ਰਾਜੀ ਨੀ ਹੈਗੇ, ਜੇ ਸਾਡਾ ਕੋਈ ਮਰ ਗਿਆ ਤਾਂ ਵੀ ਸਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਸਕੂਲ ਕਿਉਂ ਨੀ ਆਏ, ਸਕੂਲ ਆ ਕੇ ਜਾਓ। ਜੇ ਸਾਡਾ ਐਕਸੀਡੈਂਟ ਹੋ ਗਿਆ, ਮੰਨਣਯੋਗ ਨੀ ਹੈਗਾ ਤੁਹਾਡਾ ਐਕਸੀਡੈਂਟ ਹੋ ਗਿਆ, ਤੁਸੀਂ ਮੈਡੀਕਲ ਪਹਿਲਾਂ ਭੇਜ ਦੋ ਬੰਦੇ ਨੂੰ। ਪਹਿਲਾਂ ਪਤਾ ਵੀ ਬਿਮਾਰ ਹੋਣਾ, ਮੈਨੂੰ ਮੈਡੀਕਲ ਚਾਹੀਦੀ ਹੈ। ਦੂਜੇ ਬੰਦੇ ਨੂੰ ਪਤਾ ਮੇਰਾ ਐਕਸੀਡੈਂਟ ਹੋ ਜਾਣਾ ਵੀ ਮੈਂ ਇੱਦਾਂ ਚਾਹੀਦਾ। ਸਰ ਮੈਂਟਲੀ ਟੋਰਚਰ, ਫਿਜ਼ੀਕਲੀ ਤੁਹਾਨੂੰ ਚਾਰਜਸ਼ੀਟ ਕਰ ਦਿੱਤਾ ਜਾਏਗਾ, ਤੁਹਾਨੂੰ ਸਸਪੈਂਡ ਕਰ ਦਿੱਤਾ ਜਾਏਗਾ। ਇੱਕ ਇੱਕ ਚੀਜ਼ ਇਹ ਕੀਤੀ ਜਾਂਦੀ ਹੈ। ਅਸੀਂ ਟੀਚਰ ਤਾਂ ਹੋ ਗਏ, ਪਤਾ ਨਹੀਂ ਕੀ ਹੋ ਗਿਆ ਸਾਨੂੰ, ਤਾਂ ਇੱਦਾਂ ਹੋ ਗਈ, ਤਾਂ ਜਲੀਲ ਕੀਤਾ ਜਾਂਦਾ। ਕੋਈ ਨੀ, ਹੌਸਲਾ ਰੱਖੋ, ਕੋਈ ਏਡੀ ਗੱਲ ਨੀ, ਕੋਈ ਨੀ, ਜ਼ਿਆਦਾ ਸਮਾਂ ਨੀ ਰਹਿੰਦੇ ਇਹੋ ਜਿਹੇ ਬੰਦੇ। ਸਰ ਪਹਿਲਾਂ ਵੀ ਚਾਰਜਸ਼ੀਟ ਹੋਏ ਹੋਏ ਨੇ, ਆਪ ਸਸਪੈਂਡ ਹੋਏ ਹੋਏ ਨੇ, ਦੂਜਿਆਂ ਨੂੰ ਹੁਣ ਜੇ ਆਪਣੇ ਸਕੱਤਰ ਸਾਹਿਬ ਨੇ ਪਾਵਰਾਂ ਦੇ ਦਿੱਤੀਆਂ ਤਾਂ ਕਹਿੰਦੇ ਮੇਰੇ ਕੋਲ ਤਾਂ ਚਾਰ ਪੰਜ ਬੰਦੇ ਕਹਿੰਦੇ ਮੇਰੇ ਤਾਂ ਟਾਰਗੇਟ 'ਚ ਨਹੀਂ, ਮੈਂ ਚਾਰ ਪੰਜ ਬੰਦੇ ਚਾਰਜਸ਼ੀਟ ਕਰਨੇ ਨੇ, ਦੇਖ ਲਓ। ਤਸਵੀਰਾਂ ਦੇ ਵਿੱਚ ਮਹਿਲਾ ਅਧਿਆਪਕ ਦੀ ਹਾਲਤ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਛੁੱਟੀ ਦੀ ਮੰਗ ਬਿਲਕੁਲ ਜਾਇਜ਼ ਹੈ। ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਿਰਕਾਰ ਇਸ ਜਾਇਜ਼ ਮੰਗ ਨੂੰ ਸਕੂਲ ਪ੍ਰਸ਼ਾਸਨ ਕਿਉਂ ਨਜਾਇਜ਼ ਠਹਿਰਾ ਰਿਹਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।